ਟੀਮ ਪੰਜਾਬੀ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਸਾਨੂੰ 6047734258 'ਤੇ ਫੋਨ ਕਰ ਸਕਦੇ ਹੋ ਜਾਂ ਸਾਨੂੰ ਈਮੇਲ ਕਰ ਸਕਦੇ ਹੋ info@teampunjabi.com। ਅਤੇ ਆਓ ਹੁਣ ਚੱਲਦੇ ਹਾਂ ਸੋਕਰ ਦੀ ਦੁਨੀਆ ਵਿੱਚ, ਜਿੱਥੇ ਅਸੀਂ ਡੈਰਕ ਬਾਸੀ ਨਾਲ ਇੱਕ ਖਾਸ ਗੱਲਬਾਤ ਕੀਤੀ। ਆਓ ਦੇਖਦੇ ਹਾਂ ਉਹਨਾਂ ਨਾਲ ਕੀਤੀ ਇਹ ਮੁਲਾਕਾਤ। ਪੰਜਾਬੀਆਂ ਦਾ ਸੋਕਰ ਨਾਲ ਮੋਹ ਜੱਗ ਜਾਰ ਹੈ। ਹਰ ਗਰਾਊਂਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਛੋਟੇ ਵੱਡੇ ਪੰਜਾਬੀ ਬੱਚੇ ਸੋਕਰ ਖੇਡਦੇ ਨਜ਼ਰ ਆਉਂਦੇ ਹਨ। ਇਹਨਾਂ ਸੋਕਰ ਖਿਡਾਰੀਆਂ ਵਿੱਚ ਡੈਰਕ ਬਾਸੀ ਇੱਕ ਅਜਿਹਾ ਖਿਡਾਰੀ ਹੈ ਜਿਸ ਨੇ ਪ੍ਰੋਫੈਸ਼ਨਲ ਸੋਕਰ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਹਨ। ਡੈਰਕ ਨੇ ਯੂਰਪ ਦੇ ਕਲੱਬਾਂ ਵਿੱਚ ਖੇਡਣ ਤੋਂ ਬਾਅਦ ਹੁਣ ਵੈਨਕੂਵਰ ਵਾਈਟ ਕੈਪਸ ਨਾਲ ਕੰਟਰੈਕਟ ਸਾਈਨ ਕੀਤਾ ਹੈ। ਮੈਨੂੰ ਅਬਾਊਟ 15 ਸਾਲ ਹੋ ਗਏ, ਮੈਂ ਸੀਗਾ 6 ਸਾਲਾਂ ਦਾ ਅਤੇ ਮੈਂ ਉਦੋਂ ਦਾ ਖੇਡੀ ਗਿਆ। ਸ਼ੁਰੂ ਮੈਂ ਤਾਂ ਬਹੁਤ ਕੀਤੀਆਂ ਨਿੱਕੇ ਹੁੰਦੇ ਨੇ, ਅਤੇ ਡੈਡੀ ਕਹਿੰਦਾ ਚੱਲ ਜੇ ਨੱਠਣਾ ਭੱਜਣਾ ਜਾਂ ਸੋਕਰ ਖੇਡ ਲਾ, ਤਾਂ ਉਹਦਾ ਖੇਡੀ ਗਿਆ ਤਾਂ ਮੇਰੀ ਡਿਵੈਲਪਮੈਂਟ ਹੋਈ ਗਈ ਹੈ ਨਾ। ਡੈਡੀ ਦੀ ਹੈਲਪ ਦੇ ਨਾਲ ਜ਼ਿਆਦਾ ਸਪੋਰਟ ਮਿਲੀ ਮੈਨੂੰ, ਤਾਂ ਵਧੀਆ ਵਧੀਆ ਟੀਮਾਂ 'ਚ ਮੈਂ ਖੇਡੀ ਗਿਆ। ਇੰਨਾ ਪਹਿਲਾਂ ਕਲੱਬ ਸੀਗੀ ਮੇਰੀ GN ਸਪੋਰਟਿੰਗ ਕਲੱਬ ਗੁਰੂ ਨਾਨਕ ਦੀ, ਤਾਂ ਫਿਰ ਮੇਰੀ ਸਾਰੇ ਯੂਥ ਖੇਡਿਆ ਮੈਂ ਡੈਲਟੇ 'ਚ, ਨੋਰਥ ਡੈਲਟਾ। ਜੋ ਮੈਂ ਹੋ ਗਿਆ ਸੀਗਾ 12 ਸਾਲਾਂ ਦਾ, ਮੈਂ 4 ਸਾਲ ਲਾਏ ਪ੍ਰੋਵਿੰਸ਼ਲ ਟੀਮ ਨਾਲ, ਅਤੇ ਜੋ ਪ੍ਰੋਵਿੰਸ਼ਲ ਟੀਮ ਖੇਲੀ ਦਾ ਯੂ ਗੋ ਇਨ ਐਂਡ ਆਊਟ ਟੂ ਨੈਸ਼ਨਲ ਟੀਮ। ਸੋ ਮੈਂ ਖੇਡੀ ਗਿਆ ਪ੍ਰੋਵਿੰਸ਼ਲ ਟੀਮ ਨਾਲ, ਪਰ ਮੈਨੂੰ ਕਾਲ ਅਪ ਆਈ ਗਿਆ U17 U20 ਨੈਸ਼ਨਲ ਟੀਮ ਨੂੰ ਖੇਡਣ ਨੂੰ। ਅਬਾਊਟ 2 ਈਅਰਸ ਅਗੋ ਮੈਂ ਸਾਈਨ ਕੀਤਾ ਆਪਣਾ ਕੰਟਰੈਕਟ ਵਾਈਟ ਕੈਪ ਦੇ ਨਾਲ, ਸਾਲ ਇੱਥੇ ਲਾ ਕੇ ਵਾਈਟ ਕੈਪ ਨਾਲ, ਫਿਰ ਮੈਂ ਗਿਆ ਟੋਰੋਂਟੋ 4 ਮਹੀਨੇ ਲਾ ਕੇ ਟੋਰੋਂਟੋ, ਅਤੇ ਇੱਥੇ ਵਾਪਸ ਆ ਗਿਆ ਹੁਣ ਵਾਈਟ ਕੈਪ ਖੇਡਣ ਨੂੰ। ਇੰਗਲੈਂਡ ਗਿਆ ਸੀਗਾ, ਮੈਂ ਸੀਗਾ 16-year-old, 2 ਸਾਲ ਹੀ ਗਿਆ ਸੀਗਾ, ਤਾਂ ਉੱਥੇ ਮੈਂ ਗਿਆ ਸੀਗਾ ਜਸਟ ਜ਼ਿਆਦਾ ਨੌਲੇਜ ਲੈਣ ਨੂੰ, ਫੁੱਟਬਾਲ ਕੀ ਆ, ਕੀ ਚਾਹੀਦਾ ਆ, ਕਿੰਨੀ ਮਿਹਨਤ ਕਰਨੀ ਪੈਂਦੀ ਆ। ਤਾਂ ਉੱਥੇ ਸੀਗਾ 2 ਸਾਲ ਦਾ ਮੇਰਾ ਕੋਰਸ ਅਤੇ ਸੋਕਰ ਦਾ, ਨਾਲ ਨਾਲ ਖੇਡੀ ਗਿਆ ਅਤੇ ਕਾਫੀ ਲਰਨ ਕੀਤਾ ਮੈਂ, ਅਤੇ ਮੈਨੂੰ ਲੱਗਦਾ ਉੱਥੋਂ ਜਿਹੜੀ ਮੈਨੂੰ ਡਿਵੈਲਪਮੈਂਟ ਮੈਂ ਕੀਤੀ ਅਤੇ ਕੋਚਿੰਗ ਮਿਲੀ, ਲਾਈਕ ਰਾਈਟ ਨਾਓ ਇਟ ਹੈਲਪ ਮੀ ਅਲੋਟ। ਹਾਂ ਮੈਂ ਦੇਖ ਸਕਦਾ ਹਾਂ ਮੈਂ ਜ਼ਿਆਦਾ 21 ਸਾਲ ਦਾ ਹਾਂ, ਬਟ ਫਿਰ ਵੀ ਮੈਂ ਖੇਡਦਾ ਹਾਂ, ਮੈਂ ਲੀਡਰ ਨੂੰ ਖੇਡਦਾ ਹਾਂ। ਇੱਕੋ ਹੀ ਸਪੋਰਟ ਆ ਉੱਥੇ ਫੁੱਟਬਾਲ, ਉਹਨਾਂ ਦੀ ਇੱਥੇ ਆਪਣੇ ਭਲਵਾਨ ਹੈਗੇ, ਆਪਣੇ ਸੋਕਰ ਪਲੇਅਰ ਹੈਗੇ ਆ, ਬਾਸਕਟਬਾਲ ਪਲੇਅਰ ਹੈਗੇ, ਰਾਈਟ। ਇੱਥੇ ਆਪਣੀ ਚੋਇਸ ਹੈਗੀ ਕੀ ਖੇਡਣਾ ਆ, ਉੱਥੇ ਸਿਰਫ ਫੁੱਟਬਾਲ ਹੀ ਆ, ਰਾਈਟ। ਸਵੇਰ ਨੂੰ ਉੱਠਦੇ ਆ ਖਾ ਪੀ ਕੇ ਫੁੱਟਬਾਲ, ਸ਼ਾਮ ਨੂੰ ਫੁੱਟਬਾਲ, ਆਪਣੇ ਇੱਥੇ ਸਕੂਲ ਆ, ਹੋਰ ਐਕਟੀਵਿਟੀਜ਼ ਆ, ਦੈਨ ਸੋਕਰ। ਜਦੋਂ ਦੀ ਵਾਈਟ ਕੈਪ ਟੀਮ ਬਣ ਗਈ MLS 'ਚ, ਕਾਫੀ ਹੁਣ ਆਪਣੇ ਜਿਹੜੇ ਆਪਣੇ ਯੰਗ ਪਲੇਅਰ ਆਉਂਦੇ ਆ ਹੈ ਨਾ, ਜਿੱਥੋਂ ਮਰਜ਼ੀ ਲੋੜ ਮੇਨ 'ਚ, ਉਹਨਾਂ ਕੋਲ ਇੱਕ ਚਾਂਸ ਆ ਹੁਣ, ਸਟੈਂਡ ਬਣ ਗਿਆ, ਤੈਨੂੰ ਉਹੀ ਚਾਂਸ ਆ, ਟ੍ਰੇਨਿੰਗ ਕਰੀਏ ਔਨ ਆਰ ਓਨ ਟਾਈਮ, ਨੋਟ ਜਸਟ ਵਿਦ ਦ ਟੀਮ, ਰਾਈਟ। ਤਾਂ ਹੁਣ ਹੋਰ ਕੋਚ ਦੇਖਦੇ ਆ, ਹੋਰ ਕਲੱਬਾਂ ਦੇਖਦੀਆਂ ਆ, ਸੋ ਜਿਹੜਾ ਫੈਨ ਬੇਸ ਆ ਉਹ ਵੀ ਵੱਡਾ ਬਣ ਗਿਆ। ਸੋ ਲੋਟ ਆਫ ਮੋਰ ਓਪਰਚੁਨਿਟੀਜ਼ ਹੋ ਗਈਆਂ ਨਾ ਫੋਰ ਕਿਡਸ ਲਾਈਕ ਯੰਗਰ ਏਜਸ। ਡਿਵੋਸ਼ਨ ਤਾਂ ਕਰਨੀ ਪੈਣੀ ਆ ਯੋਰ ਹੋਲ ਲਾਈਫ ਹੈ ਨਾ, ਨੋਟ ਜਸਟ ਯੋਰ ਸੈਲਫ, ਬਟ ਪਿੱਛੇ ਕਿਸੇ ਦਾ ਹੱਥ ਵੀ ਹੁੰਦਾ ਆ, ਇੱਕ ਤਾਂ ਰੱਬ ਦਾ ਹੱਥ ਹੁੰਦਾ ਸਾਰਿਆਂ 'ਤੇ ਹੈ ਨਾ, ਪਰ ਮਾਪਿਆਂ ਦਾ ਹੱਥ ਹੁੰਦਾ ਆ। ਪਰ ਇੱਕ ਬੰਦਾ ਸੀ ਜਿਹੜੀ ਮੇਰੇ ਲਾਈਫ 'ਚ ਮੈਨੂੰ ਕੋਚਿੰਗ ਕੀਤੀ, ਹੀ ਟੋਟ ਮੀ ਮੋਰ ਦੈਨ ਮਾਈ ਫੈਮਲੀ ਵੈਲਿਊਜ਼ ਐਵਰੀਥਿੰਗ, ਅਤੇ ਉਹ ਹੈਗਾ ਦਿਲਦਾਰ ਮੰਡੇਰ। ਔਰ ਕਾਫੀ ਮੇਲ ਕੀਤਾ ਆ, ਅਤੇ ਦ ਅਮਾਊਂਟ ਆਫ ਆਵਰਸ ਯੂ ਹੈਵ ਟੂ ਪੁਟ ਇਨ ਅਵੇ ਫਰੋਮ ਦ ਫੀਲਡ, ਫਰੋਮ ਅ ਜਿਮ 'ਚ, ਦ ਅਮਾਊਂਟ ਟਾਈਮ ਯੂ ਸਲੀਪ, ਰੈਸਟ ਤੁਹਾਡੀ ਕਿੰਨੀ ਆ, ਕੀ ਕਰਦੇ ਆ ਤੁਸੀਂ, ਵਿਹਲੇ ਬੈਠੇ ਆ ਜਾਂ ਬਾਹਰ ਟ੍ਰੇਨਿੰਗ ਕਰਦੇ ਆ। ਸੋ ਇਟਸ ਨੋਟ ਜਸਟ ਅਬਾਊਟ ਔਨ ਦ ਫੀਲਡ, ਬਟ ਵਟ ਯੂ ਡੂ ਅਵੇ ਫਰੋਮ ਦ ਫੀਲਡ, ਜੋ ਮੈਂ ਸੋਚਦਾ ਹਾਂ ਮੇਕਸ ਦ ਬੈਸਟ ਪਲੇਅਰ ਔਰ ਅ ਗੁੱਡ ਪਲੇਅਰ। ਮੈਂ ਸਾਰੇ ਆਪਣੀ ਲਾਈਫ ਖੇਡਿਆ ਸੈਂਟਰ ਬੈਕ, ਡਿਫੈਂਸ 'ਚ ਖੇਡਿਆ ਆ, ਸੈਂਟਰ ਬੈਕ ਮੇਰੀ ਸਿਖਾਲਾ ਆ, ਮੇਰੀ ਹਾਈਟ ਹੈਗੀ ਆ, ਅਤੇ ਮੈਂ ਲਵ ਕਰਦਾ ਬਾਲ ਹੈਡ ਕਰਨ ਨੂੰ, ਆਈ ਲਾਈਕ ਟਾਕਿੰਗ, ਕਮਿਊਨੀਕੇਟਿੰਗ, ਬਾਲ ਆਇਆ ਆ ਕੇ ਕਿਸੇ ਨੂੰ ਹੁਣ ਦਿੱਤਾ, ਬਸ ਸਿੰਪਲ ਜੋਬ। ਸਾਰੇ ਚਾਹੁੰਦੇ ਆ ਗੋਲ ਕਰਨ ਨੂੰ, ਮੈਂ ਵੀ ਚਾਹੁੰਦਾ ਗੋਲ ਕਰਨ ਨੂੰ, ਪਰ ਇਟਸ ਅ ਟੀਮ ਜੋਬ, ਰਾਈਟ। ਅਤੇ ਮੇਰੀ ਜੋ ਮੈਂ ਗੁੱਡ ਹਾਂ ਡਿਫੈਂਸ 'ਚ ਹਾਂ, ਸੋ ਜਦੋਂ ਮੈਨੂੰ ਚਾਂਸ ਮਿਲਦਾ ਆ ਫਰੀ ਕਿੱਕ ਜਾਂ ਕੋਰਨਰ ਕਿੱਕ, ਆਈ ਗੋ ਅਪ ਫਰੰਟ, ਰਾਈਟ।
ਅਤੇ ਬਾਲ ਆ ਗਿਆ ਮੈਂ ਹੈਡ ਨਾਲ ਗੋਲ ਕਰ ਲੈਣਾ ਰਾਈਟ ਸੋ ਆਈ ਡੂ ਮਾਈ ਜੋਬ ਫਰਸਟ ਡਿਫੈਂਡਿੰਗ ਐਂਡ ਦੈਨ ਵੈਨ ਆਈ ਗੈਟ ਦ ਟਾਈਮ ਆਈ ਹੋਪਫੁਲੀ ਆਈ ਕੈਨ ਸਕੋਰ ਗੁੱਡ ਕੁਆਲਿਟੀਜ਼ ਮਸਟ ਬੀ ਅ ਲੀਡਰ ਉਹਨੂੰ ਬੋਲਣਾ ਪੈਣਾ ਆ ਯੂ ਕੈਂਟ ਬੀ ਸ਼ਾਏ ਮਸਟ ਬੀ ਡਿਮੈਂਡਿੰਗ ਹੈਡਿੰਗ ਚਾਹੀਦੀ ਆ ਰਾਈਟ ਸਟਰੈਂਥ ਯੂ ਆਰ ਬੀ ਸਟਰੋਂਗ ਅਤੇ ਕੁਇਕ ਪਲੇ ਜਿਹੜੇ ਡਿਫੈਂਡਰ ਹੁੰਦੇ ਆ ਸੈਫ ਬਾਲ ਆ ਗਿਆ ਫਿਰ ਦੇਖੀ ਜਾਣਾ ਮੈਂ ਕੀ ਕਰਾਂ ਮੈਂ ਕੀ ਕਰਾਂ ਇਟ ਕੈਂਟ ਬੀ ਲਾਈਕ ਦੈਟ ਬਾਲ ਆ ਗਿਆ ਰਾਈਟ ਅਵੇ ਯੂ ਮਸਟ ਪਲੇ ਮੈਂ ਸੀਗਾ 17 ਈਅਰ ਓਲਡ ਅਤੇ ਮੈਂ ਗਿਆ ਸੀਗਾ ਵਰਲਡ ਕੱਪ ਕੁਆਲੀਫਾਇੰਗ 'ਚ ਅਤੇ 1-1 ਗੇਮ ਸੀਗੀ ਅਗੇਂਸਟ ਗੁਆਟਮਾਲਾ ਅਤੇ ਮੈਂ ਗੋਲ ਕੀਤਾ ਆਪਣੇ ਹੈਡ ਨਾਲ ਟੂ ਮੇਕ ਇਟ 2-1 ਅਤੇ ਅਸੀਂ ਉਹ ਗੇਮ ਜਿੱਤ ਗਏ ਟੂ ਗੋ ਟੂ ਫਾਈਨਲਸ ਰਾਈਟ ਟੂ ਗੋ ਟੂ ਦ ਵਰਲਡ ਕੱਪ ਫਾਈਨਲ 'ਚ ਅਸੀਂ ਹਾਰ ਗਏ ਪਰ ਜਿੱਥੇ ਮੈਂ ਲੈ ਕੇ ਗਿਆ ਆਪਣੀ ਨੈਸ਼ਨਲ ਟੀਮ ਨੂੰ ਹਜੇ ਵੀ ਅੱਜ ਤੱਕ ਸਾਰੇ ਕੋਚ ਪੇਰੈਂਟਸ ਪਲੇਅਰ ਉਹ ਦਿਨ ਨੂੰ ਚੇਤਾ ਰੱਖਦੇ ਆ ਇਹ ਬੰਦੇ ਨੇ ਪੰਜਾਬੀ ਨੇ ਇਹ ਕੀਤਾ ਆ ਆਪਾਂ ਚਾਹੁੰਦੇ ਆ ਆਪਣੇ ਪੰਜਾਬੀ ਪਹਿਲਵਾਨ ਹੈਗੇ ਆ ਬੈਸਟ ਪਾਪੂਲਰ ਹੈਗੇ ਆ ਕੋਈ ਫੁੱਟਬਾਲ 'ਚ ਦਿਖਾ ਦੇਵੇ ਇੱਕ ਵਾਰੀ ਹੈ ਨਾ ਫੈਨ ਬੇਸ ਵੱਡੀ ਆਪਣੀ ਪੰਜਾਬੀ ਕੋਚ ਵੀ ਬਥੇਰੇ ਆਪਣੇ ਪਰ ਹਜੇ ਇੱਕ ਪਲੇਅਰ ਅਨੁਸਾਰ ਕਿਸੇ ਨੇ ਸ਼ੋਅ ਨਹੀਂ ਕੀਤਾ ਤਾਂ ਮੈਂ ਹੈਗਾ ਇੱਥੇ ਖੇਡਣ ਨੂੰ ਵੱਡੀ ਟੀਮ 'ਚ ਸੋ ਹੁਣ ਟਰਾਈ ਕਰਦੇ ਹਾਂ ਜਿਹਨੇ ਜ਼ਿਆਦਾ ਸਪੋਰਟ ਮਿਲਦੀ ਆ ਹੈ ਨਾ ਸਾਲੀ ਸਿਖਾ ਲਾਇਆ ਰਾਈਟ ਸਾਡੇ ਫਿਰ ਜੀ ਕਰਦਾ ਖੇਡਣ ਨੂੰ ਮੇਰੀ ਤਾਂ ਫੈਮਿਲੀ ਆ ਉਹ ਮੈਨੂੰ ਕਹੀ ਗਏ ਬਸ ਖੇਡੀ ਜਾ ਮੈਂ ਕਦੇ ਨਾ ਕੀਤੀ ਖੇਡੀ ਗਿਆ ਮੈਂ ਅਤੇ ਇੱਥੇ ਆ ਗਿਆ ਹੁਣ ਮੈਂ ਹਜੇ ਵੀ ਪੜ੍ਹਦਾ ਹਾਂ ਨਾਲ ਦੀ ਨਾਲ ਮੈਂ ਔਨਲਾਈਨ ਸਕੂਲਿੰਗ ਕਰਦਾ ਹਾਂ ਜਸਟ ਇਨ ਕੇਸ ਸੱਟ ਲੱਗ ਗਈ ਜਾਂ ਗੱਲ ਨਹੀਂ ਬਣੀ ਕਿਤੇ ਹੈ ਨਾ ਫੁੱਟਬਾਲ 'ਚ ਮੇਰੀ ਪੜ੍ਹਾਈ ਹੈਗੀ ਆ ਬਟ ਇੱਕ ਮੇਰਾ ਪੈਸ਼ਨ ਆ ਹਰੇਕ ਦਿਨ ਮੈਂ ਖੇਡਦਾ ਹਾਂ ਪਰ ਮੈਂ ਅੱਧਾ ਘੰਟਾ ਮੈਂ ਖੇਡਣਾ ਇਕੱਲੇ ਨੇ ਮੈਂ ਖੇਡਣਾ ਤਾਂ ਖੇਡਣਾ ਹੀ ਆ ਸੋ ਆਈ ਥਿੰਕ ਇੱਕ ਮੇਰੀ ਫੈਮਿਲੀ ਆ ਤਾਂ ਮੇਰਾ ਜਿਹੜਾ ਦਿਲੋਂ ਮੇਰਾ ਡਿਜ਼ਾਇਰ ਆ ਉਹ ਕਾਫੀ ਜ਼ਿਆਦਾ ਵੱਡਾ ਆ ਸੋਕਰ ਲਈ ਵਧੀਆ ਇਵੇਂ ਲੱਗਦੀ ਹੈ ਟੀਮ ਸਪੋਰਟ ਆ ਰਾਈਟ 11 ਪਲੇਅਰਸ ਔਨ ਦ ਫੀਲਡ ਤੁਸੀਂ ਇੱਕ ਫੈਮਿਲੀ ਆ ਜੋ ਖੇਡਦੇ ਆ ਹੈ ਨਾ ਗੋਲ ਹੁੰਦਾ ਆ ਸਿਰਫ ਇੱਕ ਪਲੇਅਰ ਨਹੀਂ ਜਾਂਦਾ ਇਕੱਲੇ ਨੇ ਗੋਲ ਕਰ ਲੈਣਾ ਨੋ ਇਹਦਾ ਕਦੀ ਹੁੰਦਾ ਵੀ ਨਹੀਂ ਇੱਕ ਨੇ ਪਾਸ ਕੀਤਾ ਦੂਜੇ ਨੇ ਪਾਸ ਕੀਤਾ ਟੀਮ ਗੇਮ ਆ ਗੋਲ ਹੁੰਦੇ ਆ ਅਤੇ ਜਿਹੜੀ ਅਗਰੈਸ਼ਨ ਆ ਫਿਜ਼ੀਕਲ ਪਲੇ ਆ ਸਲਾਈਡ ਟੈਕਲ ਮਾਰ ਲਈ ਹੈਡ ਜਿੱਤਿਆ ਹੈ ਨਾ ਅਤੇ ਜਿਹੜੇ ਫੈਨ ਆ ਹੁਣ ਤੁਸੀਂ ਦੇਖ ਲਓ ਕਮਿਊਨਿਟੀ ਦੇਖ ਲਓ ਪੰਜਾਬੀ ਟੂਰਨਾਮੈਂਟ 'ਚ ਇੰਨੇ ਬੰਦੇ ਬਾਹਰ ਆਉਂਦੇ ਦੇਖਣ ਵਾਈਟ ਕੈਪ ਗੇਮਾਂ 'ਤੇ ਦੇਖ ਲਓ 20-21,000 ਬੰਦੇ ਆਉਂਦਾ ਦੇਖਣ ਉੱਥੇ ਗੇਮਾਂ ਜਦੋਂ ਫਿਰ ਅੰਦਰੋਂ ਜੀ ਕਰਦਾ ਖੇਡੀ ਜਾਈਏ ਇੰਟਰਸਟ ਬਣਦਾ ਪਲੇਅਰਾਂ 'ਚ ਅਤੇ ਨਾਲੇ ਫੈਨ 'ਚ ਸਾਰੀ ਟ੍ਰੇਨਿੰਗ ਜੇਬ ਤੋਂ ਹੀ ਆਉਂਦੀ ਹੈ ਮੰਮੀ ਡੈਡੀ ਨੇ ਪੈਸੇ ਦੇ ਗਏ ਅਸੀਂ ਖੇਡੀ ਗਏ ਹੈ ਨਾ ਬਟ ਪੈਸੇ ਤਾਂ ਵਾਪਸ ਆਉਂਦੀ ਹੈ ਇਨਕਮ ਆਉਂਦੀ ਆ ਵਾਈਟ ਕੈਪ ਤੋਂ ਆਉਂਦੀ ਆ ਨੈਸ਼ਨਲ ਟੀਮਾਂ ਤੋਂ ਇਨਕਮ ਆਉਂਦੀ ਆ ਵਿਚ ਹੈਲਪਸ ਅਲੋਟ ਬਟ ਫਿਰ ਵੀ ਹੋਰ ਸਪੋਂਸਰ ਹੈਗੇ ਆ ਪਰ ਹਜੇ ਇਸ ਯੰਗ ਏਜ 21 ਇਹਨਾਂ ਦੀ ਲੋੜ ਤਾਂ ਹੈ ਨਹੀਂ ਬਟ ਮੇ ਬੀ ਡਾਊਨ ਦ ਈਅਰਸ ਰਾਈਟ ਆਪਾਂ ਕਰ ਸਕਦੇ ਹਾਂ ਮੈਂ ਆਪਣੇ ਆਪ ਨੂੰ ਇੱਦਾਂ ਨਹੀਂ ਸਮਝਦਾ ਮੈਂ ਬੈਸਟ ਪਲੇਅਰ ਹਾਂ ਕਿਉਂਕਿ ਮੈਂ ਹੈ ਨਹੀਂ ਹੈ ਨਾ ਹਜੇ ਮੇਰੇ ਵਿੱਚ ਵੀ ਬਹੁਤ ਇੰਪਰੂਵਮੈਂਟ ਚਾਹੀਦੀ ਆ ਐਗਜ਼ਾਮਪਲ ਮੇਰੀ ਬਾਡੀ ਹਜੇ ਹੈ ਨਹੀਂ ਜਿੱਥੇ ਚਾਹੀਦੀ ਆ ਬਟ ਮੈਂ ਚਾਹੁੰਦਾ ਇੱਕ ਦਿਨ ਮੈਂ ਇੱਦਾਂ ਦਾ ਪਲੇਅਰ ਬਣ ਜਾਵਾਂ ਜਿੱਥੇ ਮੇਰੀ ਟੀਮ ਲਈ ਸਪੋਰਟ ਆ ਰਾਈਟ ਆਈ ਐਮ ਨਾਟ ਜਸਟ ਗੈਟਿੰਗ ਬੈਟਰ ਫੋਰ ਮਾਈਸੈਲਫ ਆਈ ਵਾਂਟ ਮੇਕ ਮਾਈ ਟੀਮ ਬੈਟਰ ਸੋ ਮੇਰੇ ਤੋਂ ਪਹਿਲਾਂ ਮੇਰੀ ਟੀਮ ਆ ਸੋ ਵਟ ਐਵਰ ਦੇ ਨੀਡ ਉਹ ਮੈਂ ਉਹਨਾਂ ਨੂੰ ਕਹਿ ਲੂੰਗਾ 2010 'ਚ ਮੈਂ ਵਾਪਸ ਆਇਆ ਇੰਗਲੈਂਡ ਤੋਂ ਮੈਂ ਇੱਕ ਸਾਲ ਆਇਆ ਇੱਥੇ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ ਤਾਂ ਉੱਥੋਂ ਮੈਨੂੰ ਸਕਾਊਟਿੰਗ ਉਹਨਾਂ ਨੇ ਕੀਤੀ ਮੇਰੀ ਅਤੇ ਕਹਿੰਦੇ ਵੀ ਲਵ ਯੂ ਟੂ ਪਲੇ ਵਿਦ ਅਸ ਸੋ ਉਹਨਾਂ ਨੇ ਮੈਨੂੰ ਵਧੀਆ ਕੰਟਰੈਕਟ ਆਫਰ ਕੀਤਾ ਅਤੇ ਮੈਂ ਸਾਈਨ ਕਰ ਲਿਆ ਟਿਲ ਦੈਨ ਆਈ ਹੈਵ ਆਲਵੇਜ਼ ਬੀਨ ਕਨੈਕਟਡ ਵਿਦ ਵਾਈ ਕੈਪਸ ਗ੍ਰੇਟ ਟੀਮ ਆ ਗ੍ਰੇਟ ਕਲੱਬ ਕੋਚ ਵਧੀਆ ਆ ਰਾਈਟ ਅਤੇ ਪਲੇਅਰ ਵੀ ਕਾਫੀ ਵਧੀਆ ਆਈ ਜਾਂਦੇ ਆ ਗੇਮਾਂ ਕਾਫੀ ਹੁੰਦੀਆਂ ਆ ਪਰ ਮੈਂ ਸਿਰਫ ਚਾਹੁੰਦਾ ਕਹਿਣ ਨੂੰ ਜਿਹੜੇ ਆਪਣੇ ਪੇਰੈਂਟਸ ਆ ਇਫ ਯੂ ਹੈਵ ਅ ਯੰਗਰ ਖੇਡ ਰਾਈਟ ਜਾਂ ਡਾਟਰ ਤਾਂ ਖੇਡਦੇ ਆ ਉਹਨਾਂ ਦੀ ਇੰਟਰਸਟ ਵਧਾਉਣ ਨੂੰ ਯੂ ਮਸਟ ਟੇਕ ਇਟ ਆਊਟ ਔਰ ਹਿਮ ਗੇਮਾਂ ਨੂੰ ਜਾਂ ਟ੍ਰੇਨਿੰਗ ਈਵਨ ਟ੍ਰੇਨਿੰਗ ਨੂੰ ਦਿਖਾ ਲਓ ਇਹ ਫੁੱਟਬਾਲ ਆ ਇਹ ਸਪੀਡ ਆ ਰਾਈਟ ਇਹਨਾਂ ਦੀ ਮਿਹਨਤ ਕਰਨੀ ਪੈਂਦੀ ਆ ਵਧੀਆ ਪਲੇਅਰ ਬਣਨ ਨੂੰ ਆਈ ਥਿੰਕ ਦਾ ਮੇਨ ਥਿੰਗ ਆ ਜਿਹੜੀ ਕੋਚਿੰਗ ਆ ਇੱਥੇ ਜ਼ਿਆਦਾ ਕੋਚ ਹੈਗੇ ਆ
ਨੌਰਥ ਅਮੈਰੀਕਨ ਬੇਸਡ। ਜੇ ਆਪਾਂ ਨੂੰ ਕੋਈ ਨੈਸ਼ਨਲ ਟੀਮ ਦਾ ਕੋਚ ਆ ਗਿਆ ਯੂਰਪ ਤੋਂ, ਜਿਹੜਾ ਸਾਰਾ ਸਟਾਈਲ ਆ ਪਲੇਅ ਇਸ ਕਿਨਾ ਚੇਂਜ, ਉਹਦਾ ਮਾਇੰਡ ਸੈੱਟ ਹੋਣਾ ਆ ਯੂਰੋਪੀਅਨ, ਜਿੱਦਾਂ ਇੰਗਲੈਂਡ ਖੇਡਦੇ ਆ, ਫਰਾਂਸ ਖੇਡਦੇ ਆ, ਸਪੇਨ 'ਚ ਖੇਡਦੇ ਆ। ਇਸ ਵੇਲੇ ਆਪਣਾ ਜਿਹੜਾ ਜ਼ਿਆਦਾ ਸਟਾਈਲ ਆ, ਇਟਸ ਬੋਲ ਆਇਆ ਆਪਾਂ ਲੰਮੀ ਬੋਲ ਕੇ ਕਰ ਦਈਏ ਬਸ, ਦੈਟ ਹੈਜ਼ ਟੂ ਸਟੋਪ ਰਾਈਟ। ਇਹ ਚਾਹੀਦੀ ਆ ਪਾਸਿੰਗ ਗੇਮ ਚਾਹੀਦੀ ਆ। ਇਫ ਯੂ ਹੈਵ ਟੈਲੈਂਟ ਡੋਂਟ ਲੈਟ ਇਟ ਗੋ ਟੂ ਵੇਸਟ। ਇਫ ਯੂ ਸਟਿਲ 20, 21, 22, 23, ਹਰ ਵੀ ਸਾਰਾ ਚਾਂਸ ਹੈਗਾ ਟੂ ਬਿਕਮ ਸਮਥਿੰਗ। ਲਿਸਨ ਯੂਅਰ ਪੇਰੈਂਟਸ, ਬਟ ਇਟਸ ਨੋਟ ਓਲਵੇਜ਼ ਅਬਾਊਟ ਵਟ ਯੂ ਡੂ ਔਨ ਦ ਫੀਲਡ। ਜੋ ਤੁਸੀਂ ਕਰਨਾ ਆਫ ਦ ਫੀਲਡ, ਇਟ ਸ਼ੋਜ਼ ਐਗਜੈਕਟਲੀ ਹੂ ਯੂ ਆਰ ਔਨ ਦ ਫੀਲਡ।